ਸਫਾਈ ਕਰਮੀਆਂ ਦੀ ਅਗਰ ਹੜਤਾਲ ਹੋ ਜਾਵੇ ਤਾਂ ਸ਼ਹਿਰ ਦੀ ਹਾਲਤ ਕੀ ਹੋਵੇਗੀ ਇਹ ਸੋਚ ਸਕਦੇ ਹੋ। ਲੇਕਿਨ ਨਗਰ ਕੌਂਸਲ ਸਮਾਣਾ ਦੇ ਅਧਿਕਾਰੀ ਸਫਾਈ ਕਰਮਚਾਰੀਆਂ ਦੀ ਮੰਗਾਂ ਦੇ ਵੱਲ ਧਿਆਨ ਨਹੀਂ ਦੇ ਰਹੇ ਹਨ, ਜਿਸ ਦੀ ਵਜ੍ਹਾ ਤੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਨਾਲ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗ ਗਏ ਹਨ। ਜਿਸ ਪੱਖੋਂ ਸਾਡੇ ਕਰਮਚਾਰੀਆਂ ਦੀ ਤਨਖਾਹ ਦਾ ਬਹੁਤ ਹੀ ਔਖਾ ਹੋ ਗਿਆ। ਪਿਛਲੀ ਵਾਰੀ ਸਾਨੂੰ ਬਹੁਤ ਲੇਟ ਤਨਖਾਹ ਮਿਲੀ ਸੀ ਅਤੇ ਅੱਜ ਵੀ 13 ਤਰੀਕ ਦੇ ਹੋਣ ਦੇ ਬਾਵਜੂਦ ਸਾਡੀ ਤਨਖਾਹ ਨਹੀਂ ਆ ਰਹੀ। ਇਸ ਪੱਖੋਂ ਸਾਨੂੰ ਹੜਤਾਲ ਦਾ ਮਿੱਥਿਆ ਹੋਇਆ ਹੈ, ਜੋ ਕਿ ਅੱਗੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਸਰਕਾਰ ਤੱਕ ਸਾਡੀ ਇਹੀ ਮੰਗ ਹੈ ਕਿ ਸਾਨੂੰ ਵੈਟ ਦੀ ਇਨਕਮ ਜਲਦੀ ਤੋਂ ਜਲਦੀ ਦਿੱਤੀ ਜਾਵੇ ਤਾਂ ਕਿ ਮੁਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਆਰਾਮ 'ਤੇ ਚੱਲ ਸਕੇ। ਜਦ ਤੱਕ ਆਪਣੇ ਤਨਖਾਹ ਨਹੀਂ ਦਿੰਦੇ ਜਦ ਤੱਕ ਸਾਡੀ ਹੜਤਾਲ ਚੱਲੇਗੀ ਜੀ। ਅਗਲਾ ਸੰਘਰਸ਼ ਕੀ ਹੈ ਤੁਹਾਡਾ? ਅਗਲਾ ਸੰਘਰਸ਼ ਇਹੀ ਹੈ ਸਾਡਾ, ਚੱਲਦਾ ਰਹੇਗਾ ਜੀ ਜਦ ਤੱਕ ਇਹ ਤਨਖਾਹ ਨਹੀਂ ਦੇਣਗੇ। ਗੰਦਗੀ ਤਾਂ ਫੈਲੇਗੀ ਜੀ, ਹੁਣ ਕੀ ਕਰੀਏ? ਹੁਣ ਸਾਡੇ ਵੀ ਆਪਣੇ ਬੱਚੇ ਪਾਲਣੇ, ਆਪਣੀ ਤਨਖਾਹ ਦੇ ਸਿਰ 'ਤੇ ਆਪਣੇ ਬੱਚੇ ਪਾਲਦੇ ਹਾਂ ਜੀ। ਤਨਖਾਹ ਨਹੀਂ ਮਿਲੇਗੀ ਤਾਂ ਅਸੀਂ ਵੀ ਕਿਹੜੀ ਗੰਦਗੀ ਚੱਕਾਂਗੇ ਜੀ? ਗੰਦਗੀ ਤਾਂ ਚੱਕ ਪਵੇਗੀ। ਹੜਤਾਲ ਤਾਂ ਚੱਲੇਗੀ ਅਣਮਿੱਥੇ ਸਮੇਂ ਤੱਕ ਹੀ ਹੜਤਾਲ। ਸਮਾਣਾ ਤੋਂ ਨੂਰੀ ਬਾਂਸਲ ਦੀ ਰਿਪੋਰਟ, ਚੈਨਲ 2।